ਪੁਲਿਸ ਦੀ ਮੁਸ਼ਤੈਦੀ ਦੇ ਬਾਵਜੂਦ ਚੋਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਗਏ ਹਨ ਕਿ ਰਾਤ ਦੇ ਘੁੱਪ ਹਨੇਰੇ ਵਿੱਚ ਵੀ ਚੋਰੀ ਕਰਨ ਵਾਲੇ ਚੋਰ ਹੁਣ ਸਰੇਆਮ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਅਤੇ ਪੁਲਿਸ ਹੱਥ ਮਲਦੀ ਰਹਿ ਜਾਂਦੀ ਹੈ। ਕੁਝ ਅਜਿਹਾ ਹੀ ਵਾਪਰਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਵਾਰਡ ਨੰਬਰ 6 ਦੇ ਵਿੱਚ। ਆਓ ਤੁਹਾਨੂੰ ਵੀ ਵਿਖਾਉਂਦੇ ਹਾਂ ਕਿ ਕਿਵੇਂ ਦਿਨ ਦੇ ਵਿੱਚ ਚੋਰੀ ਕਰਨਾ ਚੋਰਾਂ ਲਈ ਮੁਸ਼ਕਲ ਨਹੀਂ। ਗੋਬਿੰਦ ਨਗਰ ਦੇ ਵਿੱਚ ਜਿੱਥੇ ਅਰਜੁਨ ਕੁਮਾਰ ਦੇ ਘਰ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਨਵ ਵਿਆਹਤਾ ਜੋੜੀ ਨੇ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਦੋਨੋਂ ਪਤੀ ਪਤਨੀ ਘਰ ਤਾਲਾ ਲਗਾ ਕੇ ਪਠਾਨਕੋਟ ਆਪਣੀ ਭੈਣ ਨੂੰ ਮਿਲਣ ਗਏ ਸਨ। ਪਿੱਛੋਂ ਗਵਾਂਢੀਆਂ ਨੇ ਫੋਨ ਰਾਹੀਂ ਦੱਸਿਆ ਕਿ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ। ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਾ ਕਿ ਚੋਰ 10 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 26,000 ਦੀ ਨਕਦੀ ਚੋਰੀ ਕਰਕੇ ਲਿਜਾ ਚੁੱਕੇ ਨੇ। ਮੈਂ ਤੇ ਮੇਰੀ ਵਾਈਫ ਕੱਲ ਦੁਪਹਿਰੇ 12 ਵਜੇ ਲਗਭਗ ਪਠਾਨਕੋਟ ਆਪਣੇ ਰਿਸ਼ਤੇਦਾਰਾਂ ਦੇ ਫੰਕਸ਼ਨ 'ਤੇ ਗਏ ਅਤੇ ਤਕਰੀਬਨ ਸਾਨੂੰ 5:30 ਵਜੇ ਗੁਆਂਢੀਆਂ ਦਾ ਫੋਨ ਆਇਆ ਵੀ ਤੁਹਾਡੇ ਘਰ ਦੇ ਤਾਲੇ ਟੁੱਟੇ ਹੋਏ ਨੇ ਅਤੇ ਆਪਾਂ ਉੱਥੋਂ ਤੁਰੰਤ ਵਾਪਸ ਆਣ ਕੇ ਵੇਖਿਆ ਅਲਮਾਰੀ ਦੇ ਤਾਲੇ ਟੁੱਟੇ ਹੋਏ ਸੀਗੇ, ਘਰ ਦੇ ਤਾਲੇ ਟੁੱਟੇ ਸੀ, ਸਾਰਾ ਸਮਾਨ ਬਿਖਰਿਆ ਹੋਇਆ ਸੀਗਾ ਅਤੇ ਜਿਹਦੇ ਵਿੱਚ ਸਾਡੇ ਲਗਭਗ ਦੋਨਾਂ ਦੇ 10 ਤੋਲੇ ਗਹਿਣੇ ਸੀਗੇ ਸੋਨੇ ਦੇ। ਨਕਦੀ ਕਰੀਬ 26-27 ਹਜ਼ਾਰ ਰੁਪਇਆ ਸੀਗੀ ਜਿਹੜੀ ਗਾਇਬ ਹੈਗੀ ਆ। ਨੁਕਸਾਨ ਟੋਟਲ ਜੀ ਲਗਭਗ 3-3.5 ਲੱਖ ਦਾ ਨੁਕਸਾਨ ਹੋ ਗਿਆ ਜੀ। ਅਸੀਂ ਇਹੀ ਚਾਹੁੰਦੇ ਹਾਂ ਵੀ ਸਾਡਾ ਮਾਮਲਾ ਸਹੀ ਤਰੀਕੇ ਨਾਲ ਦਰਜ ਹੋਵੇ ਅਤੇ ਕਾਰਵਾਈ ਕੀਤੀ ਜਾਵੇ ਅਤੇ ਸਾਡੀ ਸਹਾਇਤਾ ਕੀਤੀ। ਕਰੀਬ 3.5 ਲੱਖ ਰੁਪਏ ਦੇ ਨੁਕਸਾਨ ਬਾਰੇ ਜੋੜੇ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਰ ਦੂਜੇ ਪਾਸੇ ਵੇਖਣ ਵਾਲੀ ਗੱਲ ਇਹ ਹੈ ਕਿ ਦਿਨ ਦੇ ਉਜਾਲੇ ਵੇਲੇ ਅਗਰ ਜਨਤਾ ਸੁਰੱਖਿਅਤ ਨਹੀਂ ਤਾਂ ਰਾਤ ਸਮੇਂ ਤਾਂ ਰੱਬ ਹੀ ਰਾਖਾ ਹੋਵੇਗਾ। ਅਰਨ ਕੁਮਾਰ ਵਾਸੀ ਗੋਬਿੰਦ ਨਗਰ ਮਕੇਰੀਆਂ, ਇਹ ਆਪਣੀ ਵਾਈਫ ਦੇ ਨਾਲ ਰਿਸ਼ਤੇਦਾਰੀ ਵਿੱਚ ਪਠਾਨਕੋਟ ਗਿਆ ਆਇਆ ਸੀ। ਉਹਦੀ ਐਬਸੈਂਸ ਦੇ ਵਿੱਚ ਕਿਸੇ ਨਾਮੂ ਵੱਲੋਂ ਉਹਦੇ ਘਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਕੋਈ ਚੋਰੀ ਹੋਣ ਦਾ ਮਾਮਲਾ ਨੋਟਿਸ ਵਿੱਚ ਆਇਆ। ਇਹ ਜਿਹੜਾ ਮਾਮਲਾ ਅਸੀਂ ਇਹ ਗੁਰਦੀਪ ਸਿੰਘ ASI ਨੂੰ ਪੜਤਾਲ ਲਈ ਦਿੱਤਾ ਆ, ਜੋ ਇਸ ਕੇਸ ਦੀ ਪੜਤਾਲ ਕਰ ਰਹੇ ਆ। ਜਲਦੀ ਹੀ ਇਸ ਦੇ ਸੰਬੰਧੀ ਅਸਲ ਦੋਸ਼ੀਆਂ ਬਾਰੇ ਅਤੇ ਸੱਚਾਈ ਬਾਰੇ ਜਾਣਕਾਰੀ ਹਾਸਲ ਕਰ ਲਈ ਜਾਵੇ। ਫਿਲਹਾਲ ਪੁਲਿਸ ਕਦੋਂ ਤੱਕ ਚੋਰਾਂ ਨੂੰ ਕਾਬੂ ਕਰਕੇ ਪੀੜਿਤ ਪਰਿਵਾਰ ਨੂੰ ਇਨਸਾਫ਼ ਦਿਵਾਉਂਦੀ ਹੈ, ਇਹ ਸਵਾਲ ਹਾਲੇ ਵੀ ਮਨ ਦੇ ਵਿੱਚ ਰਹੇਗਾ। ਬਿਊਰੋ ਰਿਪੋਰਟ, ਖ਼ਬਰ।